ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਸਤੇ ਹਾਂ। ਸੋ ਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਸਾਡੇ ਸ਼ਾਮ ਦੇ ਖਬਰ ਅਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ, ਇਹਨਾਂ ਦਾ ਫੋਨ ਨੰਬਰ 408-272-2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਬਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਰ ਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਨੀਵਰਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਅਤੇ ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਟਰੱਕ ਵਾਸ਼ ਵੀ ਉਹ ਨਾਲ ਕਰਦੇ ਨੇ। ਇਹਨਾਂ ਦੀ ਲੋਕੇਸ਼ਨ 3550 ਐਸ ਕੇ ਸਟਰੀਟ ਟਲੈਰੀ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 5596851260, 509-685-1260 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਜਸਟਿਨ ਟਰੂਡੋ ਹੁਣਾਂ ਦੀ ਪੰਜਾਬ ਦੀ ਫੇਰੀ ਰਹੀ, ਅਤੇ ਇਹੀ ਜਿਹੜੀਆਂ ਗੱਲਾਂ ਹੁਣ ਵਿੱਚੋਂ ਨਿਕਲ ਕੇ ਆ ਰਹੀਆਂ ਵੀ ਕੇਂਦਰ ਦੇ ਦਿਸ਼ਾ ਨਿਰਦੇਸ਼ 'ਤੇ ਹੀ ਸਾਰਾ ਕੁਛ ਹੋਇਆ। ਐਕਚੁਲੀ ਹੈ ਕਿ ਜਿਸ ਕਿਸਮ ਦੇ ਨਾਲ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਦਾ ਜਿਹੜਾ ਠੰਡਾ ਸਵਾਗਤ ਹੋਇਆ ਓਵਰਆਲ ਮੁਲਕ ਦੇ ਵਿੱਚ, ਔਰ ਖੈਰ ਪੰਜਾਬ ਨੇ ਤਾਂ ਇਹ ਧੋਣਾ ਧੋਤਾ ਜੀ, ਪੰਜਾਬ ਦੇ ਵਿੱਚ ਤਾਂ ਉਹਨਾਂ ਦਾ ਬਹੁਤ ਜ਼ੋਰਦਾਰ ਸਵਾਗਤ ਕੀਤਾ ਗਿਆ ਇੱਥੇ ਉਹਨਾਂ ਦਾ ਪਹੁੰਚਣ ਦੇ ਮੌਕੇ ਦੇ ਉੱਤੇ ਜਾਣ ਤੱਕ, ਔਰ ਖਾਸ ਤੌਰ ਦੇ ਉੱਤੇ ਜਿਹੋ ਜਿਹਾ ਮਾਹੌਲ ਦਰਬਾਰ ਸਾਹਿਬ ਸਮੂਹ ਦੇ ਵਿੱਚ ਸੀਗਾ, ਜੇ ਉਹਦੇ ਤੋਂ ਤੁਸੀਂ ਕਿਉਂਕਿ ਸਰਕਾਰੀ ਜਿਹੜਾ ਰੈੱਡ ਕਾਰਪੇਟ ਆ ਉਹਨੂੰ ਪਾਸੇ ਕਰ ਦਿਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹਦਾ ਰੈੱਡ ਕਾਰਪੇਟ ਪਾਸੇ ਕਰ ਦਿਓ। ਉਸ ਤੋਂ ਇਲਾਵਾ ਜਿਹੜੀ ਸੰਗਤ ਆਮ ਸੰਗਤ ਜਿਹੜੀ ਸੀ ਉਹ ਜਦੋਂ ਜਦੋਂ ਜਿੱਥੋਂ ਜਿੱਥੋਂ ਲੰਘਦੇ ਗਏ ਪੂਰੇ ਪਰਿਕਰਮਾ ਦੇ ਦੌਰਾਨ ਜਿਹੜੇ ਸੀਗੇ ਜੀ ਉਹਨਾਂ ਦੇ ਸਨਮਾਨ ਦੇ ਵਿੱਚ ਉਹਨਾਂ ਨੂੰ ਵੇਖ ਕੇ ਜਿਹੜਾ ਸੀਗਾ ਜੀ ਉਹ ਬੋਲੇ ਸੋ ਨਿਹਾਲ ਦੇ ਨਾਅਰੇ ਜਿਹੜੇ ਸੀ ਉਹ ਲੱਗਦੇ ਰਹੇ, ਔਰ ਉਹ ਵੀ ਜਿਹੜਾ ਸੀਗਾ ਜੀ ਹੱਥ ਜੋੜ ਕੇ ਉਹਨਾਂ ਦਾ ਸਵਾਗਤ ਕਰਦੇ ਰਹੇ। ਇਹੋ ਜਿਹਾ ਸਵਾਗਤ ਵੈਸੇ ਬਾਕੀ ਕਿਸੇ ਹੋਰ ਸੂਬੇ ਦੇ ਵਿੱਚ ਉਹਨਾਂ ਦਾ ਨਹੀਂ ਹੋਇਆ। ਇਸ ਗੱਲ ਦੀ ਉਮੀਦ ਸੀਗੀ ਕਿ ਆਮ ਲੋਕ ਜਿਹੜੇ ਆ ਕਿਉਂਕਿ ਜੇ ਇੰਨੇ ਸਟ੍ਰਿਕਟ ਨਾ ਹੁੰਦਾ, ਇੰਨੀ ਸਿਕਿਉਰਿਟੀ ਜਿਹੜੀ ਉਹ ਨਾ ਹੁੰਦੀ ਤੇ ਹੋ ਸਕਦਾ ਸੀਗਾ ਕਿ ਉੱਥੇ ਇੰਨੇ ਕੁ ਲੋਕ ਪਹੁੰਚ ਜਾਂਦੇ ਜਿਹੜਾ ਕਿ ਉਹਨਾਂ ਦੇ ਵਾਸਤੇ ਥੋੜੀ ਮੁਸ਼ਕਲ ਹੁੰਦੀ ਉਹਨਾਂ ਨੂੰ ਉੱਥੇ ਲੈ ਕੇ ਜਾਣਾ, ਇਹੋ ਜਿਹਾ ਉਤਸ਼ਾਹ ਸੀਗਾ। ਪਰ ਜੋ ਕੁਛ ਜਿਹੜਾ ਵੀ ਚੱਲਿਆ, ਚਾਹੇ ਜੇ ਆਪਾਂ ਉਹਨੂੰ ਜਿਹੜਾ ਵੀ ਪਰਦੇ ਦੇ ਪਿੱਛੇ ਦੀ ਕਹਾਣੀ ਦੇਖੀਏ ਕਿ ਪਹਿਲਾਂ ਮੁੱਖ ਮੰਤਰੀ ਹੋਰਾਂ ਦੇ ਵੱਲੋਂ ਹਰਜੀਤ ਸਿੰਘ ਸੱਜਣ ਹੋਰਾਂ ਨੂੰ ਇਨਕਾਰ ਕਰਨਾ, ਫਿਰ ਉਹਨਾਂ ਦਾ ਜਿਹੜਾ ਜੀ ਇਹ ਵਿਦੇਸ਼ ਮੰਤਰਾਲੇ ਦੇ ਕੋਲੇ ਉਹਨਾਂ ਦੇ ਜਿਹੜੇ ਏਲਚੀ ਨੇ ਉਹਨਾਂ ਦਾ ਜਾ ਕੇ ਬਹਿ ਜਾਣਾ, ਤੇ ਇਹ ਮੀਟਿੰਗ ਜਿਹੜੀ ਆ ਜੀ ਉਹ ਸੈਟਅਪ ਕਰਵਾਉਣੀ, 20 ਮਿੰਟ ਦੀ ਮੀਟਿੰਗ 40 ਮਿੰਟ ਤੱਕ ਜਿਹੜੀ ਜੀ ਉਹ ਚੱਲੀ। ਮੈਂ ਕੱਲ੍ਹ ਵੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਕਿ ਜਦੋਂ ਅਖਬਾਰਾਂ ਜਿਹੜੀਆਂ ਉਹ ਛਪਣਗੀਆਂ ਉਹਨਾਂ ਦੀਆਂ ਸੁਰਖੀਆਂ ਨੇ ਬਹੁਤ ਕੁਛ ਤੈਅ ਕਰ ਦੇਣਾ, ਉਹਨਾਂ ਨੇ ਪਰਦੇ ਪਿਛਲੀ ਕਹਾਣੀ ਜਿਹੜੀ ਆ ਜੀ ਉਹ ਦੱਸ ਦੇਣੀ ਆ ਕਿ ਅਸਲ ਕੀ ਸੀਗੀ। ਇਹ ਇੱਕ ਕਿਸਮ ਦੇ ਨਾਲ ਮਾਹੌਲ ਜਿਹੜਾ ਜੀ ਉਹ ਤਿਆਰ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਉਹਨਾਂ ਦੀ ਕੱਲ੍ਹ ਨੂੰ ਹੋਣ ਵਾਲੀ ਜਿਹੜੀ ਉਹ ਮੀਟਿੰਗ ਦਾ, ਕਿਉਂਕਿ ਜਿਹੜੀ ਬੀਜੇਪੀ ਜਿਹੜੀ ਆ ਉਹ ਬਚੀ ਜਿਵੇਂ ਇਹਨਾਂ ਦਾ ਸਨਮਾਨ ਕਰਨ ਤੋਂ, ਨਾ ਪ੍ਰਧਾਨ ਮੰਤਰੀ ਨੇ ਪ੍ਰੋਟੋਕਾਲ ਤੋੜਿਆ, ਨਾ ਵਿਦੇਸ਼ ਮੰਤਰੀ ਜਿਹੜੇ ਗਏ, ਨਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜਿਹੜੇ ਸੀਗੇ ਉਹ ਜਦੋਂ ਤਾਜ ਮਹਿਲ ਵੇਖਣਗੇ ਉੱਥੇ ਪ੍ਰੋਟੋਕਾਲ ਦੇ ਮੁਤਾਬਕ ਆਏ, ਨਾ ਗੁਜਰਾਤ ਦੇ ਵਿੱਚ ਜਦੋਂ ਉਹ ਗਏ ਉੱਥੇ ਜਿਹੜਾ ਸੀਗਾ ਜੀ ਕੋਈ ਵੱਡਾ ਅਫੀਸ਼ੀਅਲ ਜਿਹੜਾ ਸੀ ਉਹਨਾਂ ਨੂੰ ਰਿਸੀਵ ਕਰਨ ਦੇ ਵਾਸਤੇ ਗਿਆ। ਇਹ ਇੱਕ ਤਬਕੇ ਦੀਆਂ ਵੋਟਾਂ ਸੀਗੀਆਂ, ਪਰ ਹੁਣ ਜਿਸ ਕਿਸਮ ਦੀਆਂ ਖਬਰਾਂ ਜਿਹੜੀਆਂ ਜੀ ਉਹ ਲੱਗ ਗਈਆਂ ਕਿ ਜਿਹੜੇ ਸੈਪਰੇਟਿਸਟ ਨੇ ਜਿਹੜੇ ਵੱਖਵਾਦੀ ਨੇ ਉਹਨਾਂ ਨੂੰ ਕਦੀ ਵੀ ਕੈਨੇਡਾ ਜਿਹੜੀ ਆ ਉਹ ਸਪੋਰਟ ਨਹੀਂ ਕਰਦਾ, ਉਹਨਾਂ ਦੇ ਨਾਲ ਉਹ ਨਹੀਂ ਗਿਆ। ਇਹ ਖਬਰਾਂ ਜਿਹੜੀਆਂ ਜੀ ਹੁਣ ਜਦੋਂ ਆ ਗਈਆਂ ਤੇ ਜਿਹੜੀ ਭੜਕਦੀ ਮੀਟਿੰਗ ਆ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ, ਇਹ ਉਹਦੀ ਇੱਕ ਜਿਹੜੀ ਜ਼ਮੀਨ ਆ ਉਹ ਤਿਆਰ ਕਰ ਲਈ ਗਈ ਆ। ਇਹ ਕਿਹਾ ਜਾ ਰਿਹਾ ਜੀ ਕਿ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਘਿਰ ਰਹੇ ਸੀ ਇਸ ਮਾਮਲੇ ਦੇ ਉੱਤੇ ਕਿ ਜੇ ਉਹ ਸਵਾਗਤ ਨਹੀਂ ਕਰਨਗੇ ਤਾਂ ਜਿਹੜਾ ਡਾਇਸਪੋਰਾ ਹੈ ਜਿਹੜੇ ਬਾਹਰ ਵਸੇ ਹੋਏ ਲੋਕ ਨੇ ਉਹਨਾਂ ਦੇ ਵਿੱਚ ਚੰਗਾ ਮੈਸੇਜ ਉਹਨਾਂ ਦਾ ਜਿਹੜਾ ਨਹੀਂ ਜਾਊਗਾ, ਜਿਹੜੇ ਪਹਿਲਾਂ ਇਹ ਰਵਾਇਤੀ ਪਾਰਟੀਆਂ ਨੂੰ ਬਹੁਤਾ ਮੂੰਹ ਨਹੀਂ ਲਾਉਂਦੇ। ਤੋ ਉਹਨਾਂ ਨੇ ਆਪਣਾ ਜਿਹੜਾ ਜੀ ਇਹਦੇ ਵਿੱਚ ਉਹ ਕੰਮ ਕਰ ਲਿਆ ਤੇ ਉਹਨਾਂ ਦੀ ਮੁਲਾਕਾਤ ਹੋ ਗਈ, ਇਹਦੇ ਨਾਲ ਇੱਕ ਚੰਗਾ ਮਾਹੌਲ ਜਿਹੜਾ ਜੀ ਉਹ ਸਿਰਜਿਆ ਗਿਆ। ਪਰ ਬਹੁਤਾ ਕੰਮ ਜਿਹੜਾ ਨਾ ਜੀ ਉਹ ਸੈਂਟਰ ਦੀ ਸਰਕਾਰ ਦਾ ਇਸ ਮੀਟਿੰਗ ਦੇ ਰਾਹੀਂ ਖਬਰਾਂ ਦੇ ਰੂਪ ਦੇ ਵਿੱਚ ਹੋ ਗਿਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰੀਏ ਇਹਨਾਂ ਦੇ ਦੌਰੇ ਦੇ ਨਾਲ ਹੀ ਸੰਬੰਧਿਤ, ਅਕਾਲੀਆਂ ਨੂੰ ਕਹਿੰਦੇ ਗਿਲਾ ਸ਼ਿਕਵਾ ਆ ਵੀ ਉੱਤੋਂ ਜਿਹੜੀਆਂ ਹਦਾਇਤਾਂ ਦੇ ਕਰਕੇ ਉਹਨਾਂ ਨੂੰ ਟਰੂਡੋ ਹੁਣਾਂ ਦੇ ਲਾਗੇ ਨਹੀਂ ਲੱਗਣ ਦਿੱਤਾ ਗਿਆ।
ਐਕਚੁਅਲੀ ਜਿਹੜੇ ਪਹਿਲਾਂ ਨਾਮ ਵਿੱਚ ਆਇਆ ਸੀਗਾ ਜੀ, ਜਿਹੜੇ ਕੇਂਦਰ 'ਚ ਵਜ਼ੀਰ ਨੇ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ, ਉਹਨਾਂ ਦੋਨਾਂ ਦਾ ਨਾਮ ਸ਼ਾਮਿਲ ਸੀਗਾ ਜੀ ਸਵਾਗਤ ਕਰਨ ਵਾਲਿਆਂ ਦੇ ਵਿੱਚ। ਇਹ ਸਵਾਗਤ ਜਿਹੜਾ ਸੀਗਾ ਜੀ ਉਹਨਾਂ ਦੇ ਐਂਟਰ ਹੁੰਦਿਆਂ ਸਾਰ ਉਹਨਾਂ ਦੇ ਕਾਫਲੇ ਦੇ ਨਾਲ ਚੱਲਣ ਵਾਲਾ ਸੀਗਾ। ਇਹ ਕਿਹਾ ਜਾ ਰਿਹਾ ਜੀ ਕਿ ਸੈਂਟਰ ਤੋਂ ਆਈਆਂ ਹਦਾਇਤਾਂ ਨੇ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਰੋਕ ਲਿਆ, ਉਹਨਾਂ ਨੂੰ ਇਹ ਆਖਿਆ ਗਿਆ ਜੀ ਕਿ ਉਹ ਸਵਾਗਤ ਕਰਨ ਵਾਲਿਆਂ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਕੇਂਦਰ ਤੋਂ ਇੱਕ ਰਾਜ ਮੰਤਰੀ ਜਿਹੜੇ ਹਰਦੀਪ ਸਿੰਘ ਪੁਰੀ ਸੀਗੇ ਉਹਨਾਂ ਨੂੰ ਭੇਜਿਆ ਗਿਆ, ਜਿਹਨਾਂ ਨੇ ਕਿ ਇੱਥੇ ਏਅਰਪੋਰਟ ਦੇ ਉੱਤੇ ਸਵਾਗਤ ਕਰਕੇ ਉਹ ਨਾਲ ਦੀ ਨਾਲ ਉਹਨਾਂ ਦੇ ਨਾਲ ਆਏ ਨਵਜੋਤ ਸਿੰਘ ਸਿੱਧੂ ਹੋਰੀ ਉਹਨਾਂ ਦੇ ਨਾਲ ਸਨ। ਜਿਹੜਾ ਅਕਾਲੀ ਦਲ ਨੂੰ ਨੇੜੇ ਨਹੀਂ ਲੱਗਣ ਦਿੱਤਾ ਗਿਆ, ਕਿਉਂਕਿ ਹਾਲਾਂਕਿ ਫੋਟੋ ਜਿਹੜੀ ਸੀ ਉਹ ਖਿਚਾਉਣ 'ਚ ਸਫਲਤਾ ਹੋ ਗਈ। ਸੁਖਬੀਰ ਸਿੰਘ ਬਾਦਲ ਹੋਰੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਜਸਟਿਨ ਟਰੂਡੋ ਹੋਰੀ ਜਿਹੜਾ ਉਹ ਗਏ, ਪਰ ਉਹ ਕਾਫਲੇ ਦੇ ਨਾਲ ਰਹਿ ਕੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਆਉਣ ਤੋਂ ਖੁੰਝ ਗਏ। ਜੇ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਜੀ ਦੇਖਿਆ ਹੋਵੇ ਤਾਂ ਜਦੋਂ ਸਰੋਪਾਓ ਜਿਹੜਾ ਜੀ ਉਹ ਦਿੱਤੇ ਜਾ ਰਹੇ ਸੀ ਟਰੂਡੋ ਪਰਿਵਾਰ ਨੂੰ ਦਿੱਤਾ, ਜਿਹੜੇ ਕੈਨੇਡੀਅਨ ਮਿਨਿਸਟਰ ਨੇ ਜਿਹਦੇ ਵਿੱਚ ਹਰਜੀਤ ਸਿੰਘ ਸੱਜਣ ਹੋਰੀ ਸ਼ਾਮਿਲ ਨੇ, ਨਵਦੀਪ ਸਿੰਘ ਬੈਂਸ ਸ਼ਾਮਿਲ ਨੇ, ਸੋਹੀ ਸਾਹਿਬ ਸ਼ਾਮਿਲ ਨੇ, ਇਹਨਾਂ ਨੂੰ ਜਿਹੜੇ ਸਰੋਪਾਓ ਦਿੱਤੇ ਗਏ। ਪਰ ਇਹਨਾਂ ਦੇ ਪਿੱਛੇ ਖੜੇ ਜਿਹੜੇ ਦੋ ਮੰਤਰੀ ਸੀ ਦੋਨੋਂ, ਹਾਲਾਂਕਿ ਉਹ ਵੀ ਪੱਗ ਬੰਨਦੇ ਨੇ ਸਰਦਾਰ ਨੇ, ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ, ਨਵਜੋਤ ਸਿੰਘ ਸਿੱਧੂ ਤੇ ਹਰਦੀਪ ਸਿੰਘ ਪੁਰੀ। ਸ਼ਾਇਦ ਕਿਤੇ ਨਾ ਕਿਤੇ ਇਹ ਉਸ ਪੋਲਿਟਿਕਸ ਦਾ ਜਿਹੜਾ ਜੀ ਉਹ ਹਿੱਸਾ ਸੀਗਾ ਕਿ ਸਾਨੂੰ ਇੱਥੇ ਜਿਹੜਾ ਜੀ ਉਹ ਸਵਾਗਤ ਨਹੀਂ ਕਰਨ ਦਿੱਤਾ ਗਿਆ। ਹੁਣ ਕੁਛ ਕਲਿੱਪ ਵੀ ਜਿਹੜੇ ਜੀ ਉਹ ਸਾਹਮਣੇ ਆਏ ਨੇ। ਇਹ ਕਲਿੱਪ ਇੱਕ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਹੈ ਕਿ ਜਿਹੜਾ ਉਹ ਕਾਫਲਾ ਸੀਗਾ ਜਿਹੜਾ ਬਣਾਇਆ ਹੋਇਆ ਸੀਗਾ, ਇਹ ਤਕਰੀਬਨ 3 ਧਿਰੀ ਜਿਹੜੇ ਕਹਿ ਲਓ ਕਿ 3 ਕੰਧਾਂ ਜਿਹੜੀਆਂ ਉਹ ਖੜੀਆਂ ਕੀਤੀਆਂ ਗਈਆਂ ਸੀ। ਇੱਕ ਤਾਂ ਸਿਕਿਉਰਿਟੀ ਜਿਹੜੀ ਨਾਲ ਆਈ ਆ ਜਸਟਿਨ ਟਰੂਡੋ ਹੋਰਾਂ ਦੇ, ਉਹ ਉਹਨਾਂ ਦੇ ਜਿਹੜਾ ਜੀ ਮਨੁੱਖੀ ਚੇਨ ਬਣਾ ਕੇ ਚੱਲ ਰਹੇ ਸੀਗੇ। ਸੈਕਿੰਡ ਜਿਹੜੀ ਉਸ ਤੋਂ ਬਾਅਦ ਸੀਗੀ ਉਹ ਪੰਜਾਬ ਪੁਲਿਸ ਦੇ ਜਿਹੜੇ ਬਿਨਾਂ ਵਰਦੀ ਤੋਂ ਲੋਕ ਸਨ ਉਹ ਸਨ, ਤੇ ਤੀਜਾ ਜਿਹੜਾ ਘੇਰਾ ਸੀਗਾ ਲਾਸਟ ਵਾਲਾ ਬਾਹਰ ਵਾਲਾ ਉਹ ਸੀਗਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦਾ। ਉਹਦੇ ਰਾਹੀਂ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਜਾਂ ਹਰਨਾਮ ਸਿੰਘ ਧੁੰਮਾ ਹੋਰੀ ਜੇ ਤੁਸੀਂ ਕਲਿੱਪ ਦੇਖਿਆ ਹੋਵੇ ਉਹ ਤਾਂ ਤੋੜਨ ਚ ਸਫਲ ਹੋ ਗਏ, ਪਰ ਉਸ ਤੋਂ ਬਾਅਦ ਜਿਹੜੀ ਅਗਲੀ ਸਿਕਿਉਰਿਟੀ ਸੀ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਾਂ ਧੱਕ ਦੇ ਕਿਤੇ ਨਜ਼ਰ ਨਹੀਂ ਆ ਰਹੇ, ਪਰ ਹਰਨਾਮ ਸਿੰਘ ਧੁੰਮਾ ਹੋਰਾਂ ਨੂੰ ਧੱਕ ਕੇ ਜਿਹੜਾ ਜੀ ਉਹ ਪਾਸੇ ਕਰ ਦਿੱਤਾ ਗਿਆ ਉਸ ਘੇਰੇ ਦੇ ਵਿੱਚੋਂ। ਔਰ ਇਸੇ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਥੱਲੇ ਜਿਹੜੇ ਜੀ ਉਹ ਖੜੇ ਨਜ਼ਰ ਆ ਰਹੇ ਨੇ, ਔਰ ਉਹ ਹਾਲਾਂਕਿ ਇੱਕ ਟ੍ਰੋਲ ਵੀ ਜਿਹੜਾ ਜੀ ਉਹ ਚੱਲਦਾ ਰਿਹਾ ਤੇ ਉਹ ਕਿਸੇ ਹੋਰ ਨੂੰ ਸਨਮਾਨਿਤ ਕਰ ਗਏ, ਉਹਦੇ ਵਿੱਚ ਬਹੁਤੀ ਸੱਚਾਈ ਤਾਂ ਜਿਹੜੀ ਉਹ ਹੈ ਨਹੀਂ ਗੀ, ਪਰ ਉਹਨਾਂ ਨੇ ਕਿਉਂਕਿ ਫੋਟੋ ਉਹਦੇ ਨਾਲ ਪਾਤੀ ਆਪਦੇ ਪੇਜ ਦੇ ਉੱਤੇ ਉਹਦੇ ਤੋਂ ਅੱਗੋਂ ਜਿਹੜਾ ਸੀਗਾ ਉਹ ਟ੍ਰੋਲ ਬਣ ਗਿਆ। ਜਿਹੜੇ ਅਕਾਲੀ ਦਲ ਵਾਲੇ ਨੇ ਜੀ ਉਹ ਇਸ ਗੱਲ ਨੂੰ ਲੈ ਕੇ ਵਾਹਵਾ ਔਖੇ ਜਿਹੜੇ ਆ ਜੀ ਦੱਸੇ ਜਾ ਰਹੇ ਆ ਕਿ ਉੱਤੋਂ ਆਈਆਂ ਹਦਾਇਤਾਂ ਜਿਹੜੀਆਂ ਕਰਨਾ ਇਹ ਹਦਾਇਤਾਂ ਜਿਹੜੀਆਂ ਸੀਗੀਆਂ ਉਹਨੇ ਇੱਕ ਉਹਨਾਂ ਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹ ਮੌਕਾ ਖੁੰਝਾ ਦਿੱਤਾ, ਕਿਉਂਕਿ ਜੋ ਕੁਛ ਅਕਾਲੀਆਂ ਦੇ ਨਾਲ ਵਿਧਾਨ ਸਭਾ ਚੋਣਾਂ ਤੋਂ ਕੁਛ ਸਮਾਂ ਪਹਿਲਾਂ ਹੋਇਆ ਸੀਗਾ, ਖਾਸ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਤੇ ਬਾਅਦ ਦੇ ਵਿੱਚ ਇਹ ਅਮਰੀਕਾ ਦੇ ਵਿੱਚ ਵੀ ਜਿਹੜਾ ਉਹ ਚੱਲ ਪਿਆ ਸੀਗਾ, ਉਹਨੇ ਜਿਹੜਾ ਜੀ ਤਕਰੀਬਨ ਲੋਕਾਂ ਤੋਂ ਉਹਨਾਂ ਨੂੰ ਦੂਰ ਕਰ ਦਿੱਤਾ ਸੀਗਾ। ਤੇ ਹੁਣ ਇਹ ਸਮਝਿਆ ਜਾ ਰਿਹਾ ਸੀਗਾ ਕਿ ਉਹਨਾਂ ਦੇ ਕੋਲੇ ਇੱਕ ਮੌਕਾ ਸੀਗਾ, ਪਰ ਇਹ ਮੌਕਾ ਉਹ ਇਹਨੂੰ ਅਵੇਲ ਨਹੀਂ ਕਰ ਸਕੇ, ਕਿਉਂਕਿ ਸੈਂਟਰ ਦੀ ਸਰਕਾਰ ਨਹੀਂ ਸੀ ਚਾਹੁੰਦੀ ਕਿ ਉਹਨਾਂ ਦਾ ਜਿਹੜਾ ਇੱਕ ਵਜ਼ੀਰ ਆ ਰਾਜ ਮੰਤਰੀ ਦਾ ਉੱਥੇ ਭੇਜਿਆ ਜਿਹੜਾ ਮੇਨ ਵਜ਼ੀਰ ਆ ਉਹਦੀਆਂ ਫੋਟੋਆਂ ਕਿਤੇ ਲੱਗਣ, ਤੇ ਜਿਹੜਾ ਪਹਿਲਾਂ ਹੀ ਚਰਚਾ ਚੱਲ ਰਿਹਾ ਕਿ ਠੰਡਾ ਸਵਾਗਤ ਕੀਤਾ ਗਿਆ ਉਹਦੇ ਉੱਤੇ ਹੋਰ ਕਿੰਤੂ ਪਰੰਤੂ ਜਿਹੜੇ ਆ ਜੀ ਉਹ ਹੋਣ। ਔਰ ਇਹ ਵੀ ਕਿਹਾ ਜਾ ਰਿਹਾ ਕਿ ਅਕਾਲੀ ਲੀਡਰਸ਼ਿਪ ਜਿਹੜੀ ਆ ਉਹ ਇਸ ਗੱਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਵਾਹਵਾ ਔਖੀ ਆ, ਇਹ ਔਖ ਜਿਹੜੀ ਆ ਇਹ ਕੌੜ ਜਿਹੜੀ ਆ ਉਹਨਾਂ ਦੀ ਕਿਸੇ ਬਿਆਨ ਦੇ ਰੂਪ ਚ ਨਿਕਲਦੀ ਆ ਜਾਂ ਨਹੀਂ ਇਹ ਆਉਣ ਵਾਲੇ ਦਿਨ ਦੱਸਣਗੇ। ਜੀ ਜੀ, ਉਧਰ ਆਪਾਂ ਜੇ ਮੋਗਾ ਪਾਸਪੋਰਟ ਘੁਟਾਲੇ ਦੀ ਗੱਲ ਕਰੀਏ, ਉਸ ਦਾ ਫੈਸਲਾ ਆ ਗਿਆ ਤੇ ਦੋਸ਼ੀਆਂ ਨੂੰ ਕਹਿੰਦੇ ਆ ਜ਼ਮਾਨਤ ਵੀ ਨਾਲ ਦੇ ਨਾਲ ਹੀ ਮਿਲ ਗਈ। ਬਿਲਕੁਲ ਜੀ, ਐਕਚੁਅਲੀ ਇਹ ਬੜਾ ਚਰਚਿਤ ਹੋਇਆ ਸੀਗਾ ਜਦੋਂ ਪਾਸਪੋਰਟ ਘੁਟਾਲਾ ਹੋਇਆ ਸੀਗਾ, ਔਰ ਜਿਹੜੀ SIT ਬਣੀ ਸੀ ਉਹਨੇ ਤਫਤੀਸ਼ ਦੇ ਵਿੱਚ ਇਸ ਡਿਸਟ੍ਰਿਕਟ ਦੇ ਵਿੱਚ ਤਕਰੀਬਨ ਇੱਕੋ ਐਡਰੈਸ ਦੇ ਉੱਤੇ ਬਹੁਤੇ ਜਿਹੜੇ ਪਾਸਪੋਰਟ ਸੀਗੇ 2002 ਤੋਂ ਲੈ ਕੇ 2008 ਤੱਕ 795 ਅਰਜ਼ੀਆਂ ਦੇ ਵਿੱਚੋਂ ਚੰਡੀਗੜ੍ਹ ਪਾਸਪੋਰਟ ਦਫ਼ਤਰ ਜਿਹੜਾ ਸੀਗਾ ਜੀ ਇੱਥੋਂ ਕਰੀਬ 395 ਪਾਸਪੋਰਟ ਫਰਜ਼ੀ ਦਸਤਾਵੇਜ਼ਾਂ ਤੋਂ ਇਲਾਵਾ ਜਾਲੀ ਨਾਂ ਪਤੇ ਦੇ ਉੱਤੇ ਜਿਹੜੀ ਹੋਣ ਦੀ ਪੁਸ਼ਟੀ ਹੋਈ ਸੀਗੀ। ਔਰ ਕੇਸ ਦੇ ਵਿੱਚ ਕਰੀਬ 97 ਮੁਲਜ਼ਮ ਸੀਗੇ, ਇਹਦੇ ਵਿੱਚੋਂ ਕੁਝ ਭਗੌੜੇ ਸੀਗੇ ਤੇ ਕੁਝ ਜਿਹੜੇ ਉਹ ਵਾਪਸ ਮੁਲਕ ਨਹੀਂ ਪਰਤੇ।
ਜ਼ਿਲ੍ਹਾ ਜਲੰਧਰ ਦੇ ਨਾਲ ਸੰਬੰਧਿਤ ਜਸਵਿੰਦਰ ਕੌਰ ਨਾਮ ਦੀ ਇੱਕ ਔਰਤ ਜਿਹੜੀ ਸੀ, ਉਹਨੇ 10 ਫਰਵਰੀ ਨੂੰ ਜਿਹੜਾ ਦਿੱਲੀ ਦਾ ਇੰਟਰਨੈਸ਼ਨਲ ਏਅਰਪੋਰਟ ਹੈ ਉੱਥੇ ਅਮੈਰੀਕਾ ਤੋਂ ਪਰਤਿਆਂ ਕਾਬੂ ਕੀਤਾ ਗਿਆ ਸੀਗਾ। ਉਹਦੇ ਉੱਤੇ ਜਿਹੜਾ ਸੀਗਾ ਇੱਕ ਜਾਲੀ ਐਡਰੈਸ ਜਿਹੜਾ ਦੇਣ ਦਾ ਦੋਸ਼ ਸੀਗਾ। 9.5 ਸਾਲ ਚੱਲੇ ਬਹੁਤ ਚਰਚਿਤ ਪਾਸਪੋਰਟ ਘੁਟਾਲੇ ਦੇ ਵਿੱਚ 14 ਟਰੈਵਲ ਏਜੰਸੀਆਂ ਦੇ ਜਿਹੜੇ ਮਾਲਕ ਤੇ 25 ਮੁਜਰਮ ਜਿਹੜੇ ਨੇ ਉਹਨਾਂ ਨੂੰ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਹਨਾਂ ਨੂੰ 3-3 ਸਾਲ ਦੀ ਕੈਦ, 11,000 ਰੁਪਏ ਜੁਰਮਾਨਾ ਜਿਹੜਾ ਉਹ ਕੀਤਾ ਗਿਆ। ਅਦਾਲਤ ਨੇ 44 ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਸਬੂਤਾਂ ਦੀ ਘਾਟ ਕਰਕੇ ਬਰੀ ਕਰ ਦਿੱਤਾ, ਕਿਉਂਕਿ ਇਹਨਾਂ ਨੇ ਜੁਰਮਾਨੇ ਦੀ ਰਕਮ ਜਿਹੜੀ ਹੈ ਜੀ ਮੌਕੇ ਤੇ ਭਰਤੀ, ਤੇ ਜਦੋਂ ਕਿਉਂਕਿ 3 ਸਾਲ ਦੀ ਸਜ਼ਾ ਸੀ, 3 ਸਾਲ ਜਾਂ 3 ਸਾਲ ਤੋਂ ਘੱਟ ਦੀ ਸਜ਼ਾ ਹੁੰਦੀ ਹੈ ਤੇ ਮੌਕੇ ਤੇ ਜ਼ਮਾਨਤ ਜਿਹੜੀ ਹੈ ਜੀ ਉਹ ਹੋ ਜਾਂਦੀ ਹੈ। ਜ਼ਮਾਨਤ ਇਹਨਾਂ ਨੂੰ ਮੌਕੇ ਦੇ ਉੱਤੇ ਜਿਹੜੀ ਉਹ ਦੇ ਦਿੱਤੀ ਗਈ। ਥਾਣਾ ਸਿਟੀ ਦੇ ਵਿੱਚ 13 ਜੁਲਾਈ 2008 ਨੂੰ ਇਹ ਕੇਸ ਜਿਹੜਾ ਸੀਗਾ ਉਹ ਦਰਜ ਕੀਤਾ ਗਿਆ ਸੀਗਾ। ਜਿਹੜੇ ਜਿਹਨਾਂ ਨੂੰ ਸਜ਼ਾ ਹੋਈ ਹੈ ਜੀ ਉਹਦੇ ਚ ਰਣਜੀਤ ਸਿੰਘ, ਜਸਵਿੰਦਰਪਾਲ ਸਿੰਘ ਤੇ ਗੁਰਦਿਆਲ ਸਿੰਘ, ਇਹ ਤਿੰਨੇ ਬਰਖਾਸਤ ਹੌਲਦਾਰ ਨੇ। ਪਾਸਪੋਰਟ ਦਫ਼ਤਰ ਦਾ ਸੁਪਰਡੈਂਟ ਦਿਦਾਰ ਸਿੰਘ, ਇੱਕ ਡਾਕੀਆ ਜਿਹੜਾ ਜੀ ਰਣਜੀਤ ਸਿੰਘ ਇਹਦੇ ਵਿੱਚ ਹੈ ਜੀ। ਟਰੈਵਲ ਏਜੰਸੀਆਂ ਦੇ ਵਿੱਚ ਇੱਕ ਤਾਂ ਡੋਨਰ ਟਰੈਵਲ ਏਜੰਸੀ ਆ ਹਰਬਖਸ਼ ਸਿੰਘ, ਉਹਦਾ ਇੱਕ ਟਰੈਵਲ ਏਜੰਸੀ ਹੈ ਜੀ ਕਮਲ ਬੇਦੀ ਤੇ ਰਮਨਦੀਪ ਸਿੰਘ। ਓਰੀਐਂਟਲ ਟਰੈਵਲ ਨੇ ਜੀ ਸੁਭਾਸ਼ ਕਟਾਰੀਆ, ਜੌਲ ਟਰੈਵਲ ਹੈ ਬਲਦੀਪ ਸਿੰਘ, ਹਰਗੋਬਿੰਦ ਟਰੈਵਲ ਹੈ ਗੁਰਦੀਪ ਸਿੰਘ, ਸੰਦਰ ਟਰੈਵਲ ਹੈ ਮੁਕੇਸ਼ ਕੁਮਾਰ, ਤੇ ਸਵਾਸਤਿਕ ਟਰੈਵਲ ਹੈ ਅਸ਼ੋਕ ਕੁਮਾਰ ਨਾਇਰ, ਤੇ ਸੱਗੜ ਵਰਲਡ ਹੋਲੀਡੇ ਰੂਪਜੀਤ ਸੱਗੜ ਇਹਦੇ ਵਿੱਚ ਜਿਹੜਾ ਜੀ ਸ਼ਾਮਿਲ ਹੈ, ਚੋਪੜਾ ਟਰੈਵਲ ਸ਼ਾਮਿਲ ਹੈ, ਮੁਦਰਾ ਐਸੋਸੀਏਟ ਸ਼ਾਮਿਲ ਹੈ, ਐਵਰਗ੍ਰੀਨ ਟਰੈਵਲ, ਸਵਾਸਤਿਕ ਟਰੈਵਲ ਮੋਗਾ, ਕਵਰ ਟਰੈਵਲ, ਸ਼ਾਮ ਟਰੈਵਲ, ਬਰਾੜ ਟਰੈਵਲ ਧਰਮਕੋਟ ਦਾ ਹੈ ਇਹ, ਗੋਲਡਨ ਟਰੈਵਲ ਬਾਘੇ ਪੁਰਾਣੇ ਦਾ, ਤੇ ਮਾਲਵਾ ਟਰੈਵਲ ਵੀ ਬਾਘੇ ਪੁਰਾਣੇ ਦਾ, ਇਹ ਸਾਰੇ ਦੇ ਸਾਰੇ ਸ਼ਾਮਲ ਨੇ ਜੀ ਜਿਹਨਾਂ ਨੂੰ ਇਹ ਸਜ਼ਾ ਜਿਹੜੀ ਆ ਉਹ ਹੋਈ ਆ। ਹੁਣ ਬਿਨਾਂ ਕਿਸੇ ਸ਼ੱਕ ਦੇ ਉੱਪਰਲੀ ਅਦਾਲਤ ਦੇ ਵਿੱਚ ਜਿਹੜਾ ਜੀ ਇਹ ਜਾਣਗੇ, ਔਰ 3 ਸਾਲ ਦੀ ਸਜ਼ਾ ਜਿਹੜੀ ਆ ਜੀ ਮਾਮੂਲੀ ਆ, ਇਸ ਕਰਕੇ ਉੱਤੋਂ ਇਹਨਾਂ ਨੂੰ ਰਾਹਤ ਮਿਲ ਜਾਣ ਦੀ ਆਸ ਹੈ। ਹਾਲਾਂਕਿ ਰਾਹਤ ਤਾਂ ਜਿਹੜੀ ਆ ਜੀ ਸੁਰਖੀਆਂ ਦੇ ਵਿੱਚ ਹੈ। ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਵੱਖਰੀ ਸੁਰ ਰੱਖਣ ਵਾਲੇ ਸ਼ਤਰੂਘਨ ਸਿਨਹਾ, ਉਹਨਾਂ ਨੇ ਇਹਦੇ ਉੱਤੇ ਇੱਕ ਵੱਖਰਾ ਜਿਹੜਾ ਜੀ ਉਹ ਪੈਂਤੜਾ ਮੰਨਦਿਆਂ ਹੋਇਆ ਇਹ ਗੱਲ ਆਖੀ ਆ ਕਿ ਜਿਹੜਾ ਪੰਜਾਬ ਨੈਸ਼ਨਲ ਬੈਂਕ ਦਾ ਵੱਡਾ ਘੁਟਾਲਾ ਹੋਇਆ, ਇਸ ਘੁਟਾਲੇ ਦੀਆਂ ਖਬਰਾਂ ਦੱਬਣ ਦੇ ਵਾਸਤੇ ਸੈਂਟਰ ਦੀ ਸਰਕਾਰ ਨੇ ਇਹਨੂੰ ਜ਼ਿਆਦਾ ਉਭਾਰਿਆ। ਔਰ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਨੇ ਇੱਕ ਪ੍ਰੈਸ ਕਾਨਫਰੰਸ ਲਾ ਕੇ ਉਹਦੇ ਨੇਤਾਵਾਂ ਨੇ ਇਹ ਗੱਲ ਕਹੀ ਆ ਕਿ ਜੇ ਜਿਹੜੇ ਇਹ ਚੀਫ ਸੈਕਟਰੀ ਸੀ ਉਹਨੂੰ ਸੱਟ ਲੱਗੀ ਸੀ, ਉਹਦੇ ਉੱਤੇ ਹਮਲਾ ਹੋਇਆ ਸੀਗਾ, ਤਾਂ ਉਹਨੇ ਉਸੇ ਦਿਨ ਇਹਦਾ ਮੈਡੀਕਲ ਕਿਉਂ ਨੀ ਕਰਵਾਇਆ। 3 ਦਿਨ ਬਾਅਦ ਇਹ ਇਬਾਰਤ ਜਿਹੜੀ ਸੀ ਉਹ ਲਿਖੀ ਗਈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਰਾਜਨਾਥ ਸਿੰਘ ਹੋਰੀ, ਉਹਨਾਂ ਨੇ ਨਾ ਪਾਰਟੀ ਦਾ ਪੱਖ ਸੁਣਿਆ, ਨਾ ਸਰਕਾਰ ਦਾ ਪੱਖ ਸੁਣਿਆ, ਨਾ ਇਹਨਾਂ 2 MLAs ਦਾ ਜਿਹੜਾ ਜੀ ਉਹ ਪੱਖ ਸੁਣਿਆ। ਇਹ ਕਿਹਾ ਗਿਆ ਜੀ ਕਿ ਇੱਕ ਪਾਸੜ ਫੈਸਲਾ ਲੈ ਕੇ ਇੱਕ ਬੰਦੇ ਦੇ ਜਿਹੜਾ ਜੀ ਜਸਟ ਜ਼ਬਾਨੀ ਸ਼ਿਕਾਇਤ ਕਰਨ ਕਰਕੇ ਉਹਦੇ 2 ਵਿਧਾਇਕ ਜਿਹੜੇ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਹੜਾ ਅੰਸ਼ੂ ਪ੍ਰਕਾਸ਼ ਦੀ ਸ਼ਿਕਾਇਤ ਦੇ ਉੱਤੇ ਉਹਦੇ ਤੇ ਹਮਲਾ ਕਰਨ ਦੇ ਦੋਸ਼ ਦੇ ਵਿੱਚ ਜਿਹੜਾ ਦਿੱਲੀ ਦੀ ਪੁਲਿਸ ਜਿਹੜੀ ਹੈ ਜੀ ਉਹਨੂੰ ਇੰਨਾ ਕੁ ਝਟਕਾ ਲੱਗਿਆ ਕਿ ਜਦੋਂ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਅਰੈਸਟ ਹੋਏ ਆ ਅਮਾਨਤੁੱਲਾ ਖਾਂ ਤੇ ਪ੍ਰਕਾਸ਼ ਦਿਰਵਾਲ, ਇਹਨੂੰ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰਨ ਦੀ ਅਰਜ਼ੀ ਜਿਹੜੀ ਸੀ ਇਹਨੂੰ ਰੱਦ ਕਰਤਾ, ਔਰ ਇਹਨਾਂ ਦੋਨਾਂ ਨੂੰ ਤਿਹਾੜ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਭੇਜਤਾ, ਔਰ ਉਹਨਾਂ ਦੀਆਂ ਜਿਹੜੀਆਂ ਜ਼ਮਾਨਤ ਅਰਜ਼ੀਆਂ ਉਹਦੇ ਬਾਰੇ ਫੈਸਲਾ ਲਿਆ ਜਾਊਗਾ, ਕਿਉਂਕਿ ਪੁਲਿਸ ਨੇ ਉਹਦੇ ਜਵਾਬ ਦੇਣ ਲਈ ਜਿਹੜਾ ਜੀ ਉਹ ਟਾਈਮ ਮੰਗਿਆ। ਜਦੋਂ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲੈਣ ਦੀ ਪਰਮਿਸ਼ਨ ਨਹੀਂ ਦਿੱਤੀ, ਤਾਂ ਇੱਕ ਗੱਲ ਉਹਦੇ ਤੋਂ ਕਲੀਅਰ ਜਿਹੜੀ ਹੈ ਜੀ ਉਹ ਹੋ ਰਹੀ ਹੈ ਕਿ ਤੱਤ ਭੜੱਥੀ ਜਿਹੜਾ ਉਹ ਫੈਸਲਾ ਲਿਆ ਗਿਆ, ਨਹੀਂ ਤਾਂ ਇਹਨਾਂ ਤੋਂ ਪੁੱਛਗਿੱਛ ਦੀ ਇਜਾਜ਼ਤ ਜ਼ਰੂਰ ਦਿੱਤੀ ਜਾਂਦੀ। ਇਹਨਾਂ ਦੇ ਅੱਜ ਜ਼ਮਾਨਤ ਜਿਹੜੀ ਹੈ ਜੀ ਉਹ ਹੋ ਜਾਣ ਦੀ ਆਸ ਹੈ ਜੀ। ਇਹ ਦੋਵੇਂ ਜਿਹੜੇ ਗ੍ਰਿਫ਼ਤਾਰ ਕੀਤੇ ਗਏ ਇਹਨਾਂ ਦੇ ਉੱਤੇ ਦੋਸ਼ ਇਹ ਲਾਇਆ ਗਿਆ ਜੀ ਕਿ ਇਹਨਾਂ ਨੇ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ ਚੀਫ ਸੈਕਟਰੀ ਦੀ, ਜਦੋਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਉਹਨਾਂ ਨੇ ਇੱਕ ਵੀਡੀਓ ਵੀ ਰਿਲੀਜ਼ ਕੀਤੀ ਹੈ ਕਿ ਉਹਦੇ ਵਿੱਚ ਇਹ ਆਖਿਆ ਗਿਆ ਕਿ ਜਿਹੜਾ ਆਧਾਰ ਕਾਰਡ ਹੈ ਇਹਦੇ ਨਾਲ ਰਾਸ਼ਨ ਕਾਰਡ ਜਿਹੜੇ ਉਹ ਨਾ ਜੁੜਨ ਕਰਕੇ ਬਹੁਤੇ ਲੋਕ ਜਿਹਨਾਂ ਨੂੰ ਆਟਾ ਦਾਲ ਦਿੱਤੀ ਜਾਂਦੀ ਆ ਉਹ ਵਾਂਝੇ ਨੇ ਇਹਦੇ ਤੋਂ। ਉਹ ਤਾਂ ਉਹਨਾਂ ਨੇ ਇਹਦੇ ਤੋਂ ਪੁੱਛਗਿੱਛ ਕਰਨ ਦੇ ਵਾਸਤੇ ਜਿਹੜਾ ਜੀ ਸੱਦਿਆ ਸੀਗਾ ਕਿ ਜਵਾਬ ਦਿੱਤਾ ਜਾਵੇ ਕਿ ਇਹਦੇ ਵਿੱਚ ਡਿਲੇ ਕਿਉਂ ਕੀਤਾ ਜਾ ਰਿਹਾ ਤੇ ਗਰੀਬ ਜਿਹੜੇ ਆ ਜੀ ਉਹ ਕਿਉਂ ਭੁਗਤ ਰਿਹਾ।
ਉਹਨਾਂ ਕਿਹਾ ਕਿ ਬਜਾਏ ਕਿ ਇਹ ਆਫਿਸਰ ਜਿਹੜਾ ਜੀ ਜਵਾਬ ਦਿੰਦਾ, ਉਹਨੇ ਉਲਟਾ ਦੋਸ਼ ਇਹ ਲਾਤਾ ਜੀ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਘਰ ਉਹਨਾਂ ਦੀ ਕੁੱਟਮਾਰ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਬਠਿੰਡੇ ਦੇ ਵਿੱਚ ਦਰਾਣੀ ਤੇ ਜਠਾਣੀ ਦਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ। ਇਸ ਕਿਸਮ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਪਤਨੀ ਵੀਨੂ ਬਾਦਲ ਜਿਹੜੀ ਹੈ ਜੀ ਉਹ ਸਰਗਰਮੀ ਨਜ਼ਰ ਆ ਰਹੀ ਆ। ਉਹਦੇ ਤੋਂ ਇਹ ਕਿਹਾ ਜਾ ਸਕਦਾ ਜੀ ਕਿ ਇੱਕ ਦਿਲਚਸਪ ਮੁਕਾਬਲਾ ਜਿਹੜਾ ਉਹ ਵੇਖਣ ਨੂੰ ਮਿਲੂਗਾ ਬਠਿੰਡੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ। ਦਰਾਣੀ ਜਠਾਣੀ ਜੋ ਲਫ਼ਜ਼ ਜਿਹੜੇ ਆ ਜੀ ਉਹ ਸਾਹਮਣੇ ਆਉਂਦੇ ਆ, ਤੇ ਜੇ ਆਪਾਂ ਪੰਜਾਬੀ ਬੋਲੀਆਂ ਪੰਜਾਬੀ ਕਲਚਰ ਦਾ ਜਿਹੜਾ ਜੀ ਉਹ ਪਾਰਟ ਵੇਖੀਏ ਤਾਂ ਉਹਦੇ ਵਿੱਚ ਜਿਹੜਾ ਜੀ ਉਹ ਮੇਣੋ ਮੇਣੀ ਹੋਣਾ, ਤਾਨੇ ਜਿਹੜੇ ਜੀ ਉਹ ਦੇਣਾ, ਉਹ ਸਾਨੂੰ ਬਹੁਤ ਸਾਰੀਆਂ ਬੋਲੀਆਂ ਦੇ ਵਿੱਚ ਜਿਹੜਾ ਜੀ ਉਹ ਮਿਲ ਜਾਂਦਾ। ਕੁਛ ਇਸ ਕਿਸਮ ਦਾ ਸਿਆਸਤ ਦੇ ਵਿੱਚ ਜਿਹੜਾ ਜੀ ਇੱਕ ਵੱਡੇ ਕੈਨਵਸ ਦੇ ਉੱਤੇ ਵੇਖਣ ਨੂੰ ਮਿਲ ਸਕਦਾ ਹੈ ਸੰਭਾਵੀ ਰੂਪ ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ। ਇਹ ਕਿਹਾ ਜਾ ਰਿਹਾ ਜੀ ਕਿ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਕਿਉਂਕਿ ਰਾਹੁਲ ਗਾਂਧੀ ਹੋਰਾਂ ਦੇ ਨਾਲ ਨੇੜਤਾ ਹੈ, ਕਾਂਗਰਸ ਜਿਹੜੀ ਆ ਜੀ ਉਹ ਇਹ ਚਾਹੁੰਦੀ ਆ ਸ਼ਾਇਦ ਕਿ ਬਾਦਲ ਪਰਿਵਾਰ ਨੂੰ ਬਠਿੰਡੇ ਵਾਲੀ ਸੀਟ ਤੋਂ ਫਸਾਇਆ ਜਾਵੇ। ਵੀਨੂ ਬਾਦਲ ਹੋਰਾਂ ਦੇ ਵੱਲੋਂ ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜੀਆਂ ਜੀ ਇਹ ਨੁੱਕੜ ਸਟਾਰਟ ਕੀਤੀਆਂ ਗਈਆਂ ਨੇ। ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਵੀਨੂ ਬਾਦਲ ਹੋਰਾਂ ਦੀ ਇਹ ਜਿਹੜੀ ਸਰਗਰਮੀ ਆ ਉਹ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਬਾਦਲ ਪਰਿਵਾਰ ਹੈ ਹਰਸਿਮਰਤ ਕੌਰ ਬਾਦਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਾਸਤੇ ਇੱਕ ਦਸਤਕ ਹੈ ਜੀ ਕਿ ਲੋਕ ਸਭਾ ਚੋਣਾਂ ਦੇ ਦੌਰਾਨ, ਆਉਂਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਦੀ ਲੜਾਈ ਕੋਈ ਏਡੀ ਸੌਖੀ ਨਹੀਂ ਰਹੂਗੀ। ਜਿਹੜੀਆਂ ਪਿਛਲੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਉਹਦੇ ਵਿੱਚ ਕਾਂਗਰਸ ਨੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਟਿਕਟ ਦਿੱਤੀ ਸੀ, ਥੋੜੇ ਜੇ ਫਰਕ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਇਹ ਚੋਣ ਹਾਰੀ ਸੀ। ਉਦੋਂ ਬੇਸ਼ੱਕ ਹਰਸਿਮਰਤ ਕੌਰ ਬਾਦਲ ਹੋਰੀ ਜਿਹੜਾ ਜੀ ਉਹ ਚੋਣ ਜਿੱਤ ਗਏ, ਔਰ ਇਹ ਕਿਹਾ ਗਿਆ ਜੀ ਕਿ ਇਹ ਕੋਈ ਅੰਦਰੂਨੀ ਸਮਝੌਤਾ ਸੀ ਜਿਹਦੇ ਕਰਕੇ ਉਹ ਉਦੋਂ ਚੋਣ ਜਿਹੜੀ ਸੀ ਉਹ ਜਿੱਤ ਗਏ। ਇਸ ਵਾਰੀ ਜੇ ਵੀਨੂ ਬਾਦਲ ਹੋਰੀ ਉੱਥੋਂ ਕਾਂਗਰਸ ਦੇ ਕੈਂਡੀਡੇਟ ਜਿਹੜੇ ਆ ਜੀ ਉਹ ਆਉਂਦੇ ਆ ਤਾਂ ਬਿਨਾਂ ਕਿਸੇ ਸ਼ੱਕ ਦੇ ਇਹ ਇੱਕ ਦਿਲਚਸਪ ਚੋਣ ਜਿਹੜੀ ਆ ਜੀ ਉਹ ਹੋਊਗੀ। ਤੇ ਬਾਦਲ ਪਰਿਵਾਰ ਦੇ ਵਾਸਤੇ ਬੇਸ਼ੱਕ ਸੀਟ ਤਾਂ ਬਾਦਲ ਜੀ ਰਹੂਗੀ, ਪਰ ਜਿਹੜਾ ਮੇਨ ਬਾਦਲ ਪਰਿਵਾਰ ਹੈ ਜੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ, ਉਹਨਾਂ ਦੀ ਲੜਾਈ ਸੌਖੀ ਜਿਹੜੀ ਆ ਜੀ ਉਹ ਨਹੀਂ ਹੋਊਗੀ। ਜਿਹੜੇ ਰਣਿੰਦਰ ਸਿੰਘ ਹੋਰੀ ਜਿਹਨਾਂ ਨੇ ਬਠਿੰਡੇ ਤੋਂ ਚੋਣ ਜਿਹੜੀ ਆ ਜੀ ਉਹ ਲੜੀ ਸੀਗੀ, ਉਹਨਾਂ ਦੀ ਕੋਈ ਸਰਗਰਮੀ ਉੱਥੇ ਜਿਹੜੀ ਮੁੜ ਕੇ ਦਿਸੀ ਨਹੀਂ, ਨਾ ਉਹ ਵਾਪਸ ਜਿਹੜਾ ਜੀ ਉਹ ਪਰਤੇ, ਉਦੋਂ ਉਹ ਹਾਰ ਗਏ ਸਨ ਇਹ ਚੋਣ। ਔਰ ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਉਹਨਾਂ ਦੇ ਉੱਥੇ ਉਸ ਸੀਟ ਤੋਂ ਵਾਪਸ ਆਉਣ ਦੀ ਕੋਈ ਸੰਭਾਵਨਾ ਜਿਹੜੀ ਆ ਉਹ ਨਹੀਂ ਗਈ, ਜਿਹਦੇ ਕਰਕੇ ਵੀਨੂ ਬਾਦਲ ਦਾ ਨਾਮ ਜਿਹੜਾ ਜੀ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਚੱਲ ਰਿਹਾ। ਵੀਨੂ ਬਾਦਲ ਹੋਰੀ ਇਹ ਕਹਿੰਦੇ ਆ ਉਹ ਇਹਨੂੰ ਦਿਨਾਈ ਤਾਂ ਨਹੀਂ ਜਿਹੜਾ ਕਰ ਰਹੇ, ਹਾਲਾਂਕਿ ਉਹ ਮੰਨ ਵੀ ਨਹੀਂ ਰਹੇ, ਉਹ ਕਹਿੰਦੇ ਆ ਕਿ ਅਜੇ ਤਾਂ ਜਿਹੜੀਆਂ ਵੋਟਾਂ ਨੇ ਉਹਦੇ ਵਿੱਚ ਸਮਾਂ ਪਿਆ, ਇਸ ਕਰਕੇ ਮੇਰੀ ਜਿਹੜੀ ਤਿਆਰੀ ਆ ਲੋਕ ਸਭਾ ਚੋਣਾਂ ਦੇ ਵਾਸਤੇ ਨਹੀਂ, ਅਸੀਂ ਤਾਂ ਕੰਮ ਕਾਰ ਕਰਨ ਦੇ ਵਾਸਤੇ ਜਿਹੜੀ ਹੈ ਜੀ ਇਹ ਤਿਆਰੀ ਕਰ ਰਹੇ ਹਾਂ। ਲੱਸੀ ਜਦੋਂ ਜਿਹੜੀਆਂ 19 ਦੀਆਂ ਚੋਣਾਂ ਆਉਣੀਆਂ ਨੇ, ਇਹ ਵੀ ਕਿਹਾ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਇਹ ਪਹਿਲਾਂ ਵੀ ਹੋ ਸਕਦੀਆਂ ਨੇ, ਨਵੰਬਰ ਮਹੀਨੇ ਦੇ ਵਿੱਚ ਵੀ ਹੋ ਸਕਦੀਆਂ ਨੇ, ਜੇ ਨਵੰਬਰ ਤੋਂ ਚੋਣਾਂ ਦੀ ਸ਼ੁਰੂਆਤ ਜਿਹੜੀ ਆ ਜੀ ਉਹ ਹੁੰਦੀ ਆ ਤਾਂ ਕਿਸੇ ਨਾ ਕਿਸੇ ਸ਼ੱਕ ਦੇ ਇਸ ਖਿੱਤੇ ਤੋਂ ਹੋਊਗੀ ਜੀ ਪੰਜਾਬ ਵਾਲੀ ਸਾਈਡ ਤੋਂ, ਫਿਰ ਅੱਗੇ ਤੋਂ ਅੱਗੇ ਜਿਹੜੇ ਦੂਜੇ ਰਾਜਾਂ ਵੱਲ ਨੂੰ ਜਾਊਗੀ। ਜੇ ਇਹ ਅਰਲੀ ਚੋਣਾਂ ਹੁੰਦੀਆਂ ਨੇ ਤਾਂ ਹੋ ਸਕਦਾ ਇਹ ਇਸ਼ਾਰਾ ਹੋਵੇ ਜੀ ਜਿਹੜੇ ਕੇਂਦਰ ਦੀ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ ਉਹਦੇ ਵੱਲੋਂ ਵੀਨੂ ਬਾਦਲ ਹੋਰਾਂ ਨੂੰ, ਹਾਲਾਂਕਿ ਆਫੀਸ਼ੀਅਲੀ ਤੌਰ ਦੇ ਉੱਤੇ ਸਾਹਮਣੇ ਨਹੀਂ ਆਇਆ, ਪਰ ਹੁਣ ਤੋਂ ਇਹਦੀਆਂ ਅਟਕਲਾਂ ਜਿਹੜੀਆਂ ਜੀ ਉਹ ਚੱਲਣ ਸ਼ੁਰੂ ਹੋ ਗਈਆਂ ਨੇ ਕਿ ਦਰਾਣੀ ਜਠਾਣੀ ਦਾ ਦਿਲਚਸਪ ਮੁਕਾਬਲਾ ਹੋ ਸਕਦਾ ਸੰਭਾਵੀ ਰੂਪ ਚ ਬਠਿੰਡੇ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੋਹਾਲੀ ਨੇੜੇ ਪਿੰਡ ਝਿਊਰ ਹੇੜੀ ਦੇ ਵਿੱਚ ਕਰੋੜਾਂ ਦਾ ਘਪਲਾ ਸਾਹਮਣੇ ਆਇਆ। ਐਕਚੁਲੀ ਜੀ ਇਹ ਮਾਮਲਾ ਤਾਂ ਦੇਰ ਤੋਂ ਸੁਰਖੀਆਂ ਦੇ ਵਿੱਚ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਰਿਹਾ। ਹੁਣ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਝੂਰਹੇੜੀ ਮਾਮਲੇ ਦੇ ਵਿੱਚ ADC BDPO ਪੰਚਾਇਤ ਸਕੱਤਰ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਜੀ ਇੱਥੋਂ ਦੇ ਕਈ ਜਿਹੜੇ ਵਾਸੀ ਨੇ ਉਹਨਾਂ ਦਾ ਨਾਮ ਵੀ ਇਹਦੇ ਵਿੱਚ ਨਾਮਜ਼ਦ ਜਿਹੜਾ ਉਹ ਕੀਤਾ ਗਿਆ। ਜਿਹੜੇ ਪਹਿਲਾਂ ਦੇ BDPO ਨੇ ਜਤਿੰਦਰ ਢਿੱਲੋਂ ਦਾ ਨਾਮ ਵੀ ਸਾਹਮਣੇ ਆਇਆ ਜੀ। ਬਾਦਲ ਸਰਕਾਰ ਦੇ ਵੱਲੋਂ ਮੋਹਾਲੀ ਏਅਰਪੋਰਟ ਦੇ ਵਿਸਤਾਰ ਦੇ ਵਾਸਤੇ ਝਿਊਰਹੇੜੀ ਦੀ 306 acres ਜ਼ਮੀਨ ਅਕਵਾਇਰ ਕੀਤੀ ਗਈ ਸੀ, ਜਿਹਦੇ ਵਿੱਚ 36 acres ਪੰਚਾਇਤ ਦੀ ਜ਼ਮੀਨ ਵੀ ਸ਼ਾਮਲ ਹੈ, ਜਿਹਦਾ ਮੁਆਵਜ਼ਾ 1.5 crore ਰੁਪਈਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ 54 crore 16 lakh 87,500 ਰੁਪਈਏ ਜਾਰੀ ਕੀਤਾ ਗਿਆ ਸੀਗਾ।
ਇਹ ਰਕਮ ਜਿਹੜੀ ਸੀਗੀ ਪੰਚਾਇਤ ਵਿਭਾਗ ਦੇ ਡਾਇਰੈਕਟਰ ਦੀ ਨਿਗਰਾਨੀ ਹੇਠ ਰੱਖੀ ਗਈ ਸੀ, ਪਰ 2013 ਦੇ ਵਿੱਚ ਸਰਪੰਚ ਗੁਰਪਾਲ ਸਿੰਘ ਨੇ ਮਤੇ ਦੇ ਉਲਟ ਅਧਿਕਾਰੀਆਂ ਤੇ ਹੋਰਾਂ ਦੇ ਨਾਲ ਮਿਲ ਕੇ ਵੱਖ ਵੱਖ ਥਾਵਾਂ ਦੇ ਉੱਤੇ ਜ਼ਮੀਨ ਖਰੀਦਣ ਦੇ ਵਿੱਚ ਘਪਲੇਬਾਜ਼ੀ ਕੀਤੀ। ਵਿਜੀਲੈਂਸ ਜਿਹੜੇ ਮੁਖੀ ਨੇ ਉਹਨਾਂ ਨੇ ਕਿਹਾ ਕਿ ਇਤਰਾਜ਼ਾਂ ਦੀ ਪੂਰਤੀ ਦੇ ਵਾਸਤੇ DDPO ਨੂੰ 5 ਜਨਵਰੀ 2016 ਨੂੰ ਤਜਵੀਜ਼ ਭੇਜੀ ਗਈ ਸੀ ਔਰ 9 ਜੂਨ ਤੱਕ ਉਹਨਾਂ ਨੂੰ ਇੱਕ ਚੇਤਾਵਨੀ ਲੈਟਰ ਲਿਖਣ ਦੇ ਬਾਵਜੂਦ ਇਹਦੇ ਸੰਬੰਧੀ ਇਤਰਾਜ਼ ਪੂਰੇ ਕਰਕੇ ਵਾਪਸ ਜਿਹੜੇ ਸੀ ਉਹ ਨਹੀਂ ਭੇਜੇ ਗਏ। ਔਰ ਪੰਚਾਇਤ ਦੇ ਵੱਲੋਂ ਜਿਹੜਾ ਜੀ ਡਾਇਰੈਕਟਰ ਦੀ ਸਲਾਹ ਤੇ 1 ਫਰਵਰੀ ਨੂੰ ਮਤਾ ਪਾਸ ਕਰਕੇ ਭੇਜਿਆ ਗਿਆ ਸੀ ਔਰ ਅਕਵਾਇਰ ਜ਼ਮੀਨ ਦੀ ਮੁਆਵਜ਼ੇ ਦੀ ਰਾਸ਼ੀ ਦੇ ਨਾਲ ਵਾਈ ਵਾਲੀ ਜ਼ਮੀਨ ਤੇ ਸ਼ੋਰੂਮ ਖਰੀਦਣ ਲਈ 15 ਕਰੋੜ ਰੁਪਈਏ ਮਨਜ਼ੂਰ ਕਰਨ ਦੇ ਵਾਸਤੇ ਲਿਖਿਆ ਗਿਆ ਸੀਗਾ। ਔਰ ਇਹਦਾ ਜਿਹੜਾ ਜੀ ਸੌਦਾ ਸੀਗਾ 6 ਅਪ੍ਰੈਲ 27 ਅਪ੍ਰੈਲ 2016 ਨੂੰ ਜਿਹੜਾ ਉਹ ਕੀਤਾ ਗਿਆ। ਜ਼ਮੀਨ ਦਾ ਸੌਦਾ ਸੁਰਿੰਦਰ ਸਿੰਘ ਉਹਦੇ ਭਾਣਜੇ ਤੇ ਬਾਕੀਆਂ ਨੇ ਜਿਹੜਾ ਜੀ ਉਹ ਕਰਾਇਆ। 6 ਅਪ੍ਰੈਲ ਨੂੰ ਜਿਹੜਾ ਸੀਗਾ ਨੇੜਲੇ ਪਿੰਡਾਂ ਕਰੀਮਪੁਰਾ ਤੇ ਕੰਢੀਪੁਰ ਦੀ ਜ਼ਮੀਨ ਜਿਹੜੀ ਉਹ ਝੂਰ ਹੇੜੀ ਨੂੰ ਵੇਚੀ ਗਈ। ਇਹਦਾ ਸੌਦਾ ਜਿਹੜਾ ਸੀਗਾ ਜੀ 29 ਕਰੋੜ ਰੁਪਈਏ ਮਾਕਨ 29.5 ਲੱਖ ਰੁਪਈਏ ਦੇ ਹਿਸਾਬ ਏਕੜ ਦੇ ਹਿਸਾਬ ਦੇ ਨਾਲ ਤੈਅ ਹੋਇਆ ਔਰ ਇਹ ਕੋਈ 6 ਕਰੋੜ 11 ਲੱਖ ਰੁਪਈਆ ਜਿਹੜਾ ਸੀਗਾ ਜੀ ਉਹ ਦਿੱਤਾ ਗਿਆ ਔਰ ਇਹ ਜ਼ਮੀਨ 54 ਲੱਖ ਰੁਪਈਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜੀ ਖਰੀਦੀ ਵਿਖਾ ਕੇ 11 ਕਰੋੜ 19 ਲੱਖ 82 ਹਜ਼ਾਰ ਰੁਪਈਏ ਦਾ ਖਰਚਾ ਸਟੈਂਪ ਡਿਊਟੀ ਤੇ ਹੋਰ ਖਰਚੇ ਜਿਹੜੇ ਦਿਖਾ ਕੇ 5 ਕਰੋੜ 8 ਲੱਖ 6 ਹਜ਼ਾਰ ਰੁਪਈਏ ਦਾ ਘਪਲਾ ਜਿਹੜਾ ਜੀ ਉਹ ਕੀਤਾ ਗਿਆ ਔਰ ਇਹ ਘਪਲਾ ਜਿਹੜਾ ਸੀਗਾ ਹੌਲੀ ਹੌਲੀ ਮਗਦਾ ਜਿਹੜਾ ਜੀ ਹੁਣ ਇੱਥੋਂ ਤੱਕ ਆ ਗਿਆ ਕਿ ਇਹਦੇ ਵਿੱਚ ਅਫਸਰ ਜਿਹੜੇ ਨੇ ਉਹ ਵੀ ਆ ਗਏ ਤੇ ਪੰਚਾਇਤ ਸਕੱਤਰ ਤੇ ਹੋਰ ਜਿਹੜੇ ਸੌਦੇ ਕਰਾਉਣ ਵਾਲੇ ਸੀਗੇ ਜੀ ਉਹ ਵੀ ਆ ਗਏ। ਇਹ ਮਾਮਲਾ ਜਿਹੜਾ ਜੀ 53 ਕਰੋੜ ਰੁਪਈਏ ਦਾ ਜਿਹੜਾ ਜੀ ਉਹ ਖੁਰਦ ਬੁਰਦ ਕਰਨ ਦਾ ਹੈ। ਸਸਤੀਆਂ ਜਿਹੜੀਆਂ ਪ੍ਰੋਪਰਟੀ ਸੀਗੀਆਂ ਉਹ ਮਹਿੰਗੇ ਭਾਅ ਦੇ ਉੱਤੇ ਆਪਣੀਆਂ ਜੇਬਾਂ ਭਰਨ ਦੇ ਵਾਸਤੇ ਖਰੀਦ ਲਈਆਂ ਗਈਆਂ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਲੁਧਿਆਣੇ ਦੀਆਂ ਨਗਰ ਨਿਗਮ ਚੋਣਾਂ ਦੇ ਵਿੱਚੋਂ ਨਵਜੋਤ ਸਿੱਧੂ ਗਾਇਬ ਨੇ। ਬੇਸ਼ਕ ਇੱਥੇ 3 ਧਿਰੀ ਟੱਕਰ ਤਾਂ ਜਿਹੜੀ ਆ ਜੀ ਉਹ ਬਣੀ ਹੋਈ ਆ, ਪਰ ਨਗਰ ਨਿਗਮ ਚੋਣਾਂ ਦੇ ਵਿੱਚ ਕੋਈ ਬਹੁਤ ਵੱਡਾ ਜਿਹੜਾ ਜੀ ਉਲਟ ਫੇਰ ਹੋ ਜੂਗਾ ਇਹਦੀ ਸੰਭਾਵਨਾ ਅਸਲ ਚ ਘੱਟ ਹੈ ਜੀ, ਕਿਉਂਕਿ ਤੁਹਾਨੂੰ ਪਤਾ ਜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਕਾਬਜ਼ ਜਿਹੜੇ ਹੁੰਦੇ ਨੇ ਤੇ ਉਹਨਾਂ ਦਾ ਧੱਕਾ ਜਿਹੜਾ ਜੀ ਉਹ ਚੱਲਦਾ। ਨਿਗਮ ਚੋਣਾਂ ਦੇ ਵਿੱਚ ਕਿਵੇਂ ਧੱਕਾ ਹੋਇਆ ਪਿਛਲੇ ਦਿਨਾਂ ਦੇ ਵਿੱਚ ਸਭ ਨੂੰ ਪਤਾ, ਜਲੰਧਰ ਅੰਮ੍ਰਿਤਸਰ ਪਟਿਆਲੇ ਦੇ ਵਿੱਚ ਜਿਹੜੀਆਂ ਨਿਗਮ ਚੋਣਾਂ ਹੋਈਆਂ ਸੀਗੀਆਂ, ਹੁਣ ਲੁਧਿਆਣੇ ਦੇ ਵਿੱਚ ਜਿਹੜਾ ਜੀ ਚੋਣ ਪ੍ਰਚਾਰ ਤਾਂ ਹੋ ਰਿਹਾ, ਖੜਕਾ ਦੜਕਾ ਵੀ ਹੋ ਰਿਹਾ। ਜਿਹੜੇ ਬੈਂਸ ਬ੍ਰਦਰ ਦੇ ਉੱਤੇ ਹਮਲਾ ਕਰਨ ਵਾਲੇ ਜਿਹੜੇ ਪਹਿਲਾਂ ਉਹਨਾਂ ਦੇ ਸਾਥੀ ਵੀ ਹੁੰਦੇ ਸੀ ਹੁਣ ਕਾਂਗਰਸ ਜਿਹੜਾ ਜੀ ਚਲੇ ਗਏ, ਉਹਨਾਂ ਦੇ ਉੱਤੇ ਮਾਮਲਾ ਵੀ ਦਰਜ ਹੋ ਗਿਆ। ਪਰਚਾ ਜਿਹੜਾ ਜੀ ਉਹ ਦਰਜ ਹੋਣ ਤੋਂ ਬਾਅਦ ਜਿਹੜੀ ਟੈਨਸ਼ਨ ਹੈ ਉਹ ਤਾਂ ਕਾਫੀ ਜ਼ਿਆਦਾ ਜਿਹੜੀ ਆ ਜੀ ਉਹ ਵਧੀ ਹੋਈ ਆ 2-3 ਧੜਿਆਂ ਦੇ ਵਿਚਾਲੇ ਲੁਧਿਆਣੇ ਦੇ ਵਿੱਚ। ਪਰ ਨਾਲ ਦੀ ਨਾਲ ਜਿਹੜੇ ਆ ਜੀ ਕੁਛ ਅੰਦਰੂਨੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਵੀ ਉੱਭਰ ਕੇ ਬਾਹਰ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਨਗਰ ਨਿਗਮ ਜਿਹੜੀਆਂ ਲੁਧਿਆਣੇ ਦੀਆਂ ਚੋਣਾਂ ਦੇ ਵਿੱਚ 3600 ਕਰੋੜ ਰੁਪਈਏ ਦੇ ਨਾਲ ਸ਼ਹਿਰ ਦਾ ਵਿਕਾਸ ਕਰਵਾਉਣ ਦੇ ਸੁਪਨੇ ਵਿਖਾਉਣ ਵਾਲੇ ਜਿਹੜੇ ਮੰਤਰੀ ਨੇ ਜੀ ਨਵਜੋਤ ਸਿੰਘ ਸਿੱਧੂ ਹੋਰੀ ਚੋਣ ਪ੍ਰਚਾਰ ਦੇ ਵਿੱਚੋਂ ਬਿਲਕੁਲ ਗਾਇਬ ਨੇ ਔਰ ਆਪਣੇ ਵਿਭਾਗ ਦੇ ਨਾਲ ਸੰਬੰਧਿਤ ਚੋਣਾਂ ਹੋਣ ਕਰਕੇ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੂੰ ਚੋਣ ਪ੍ਰਚਾਰ ਲਈ ਲੁਧਿਆਣੇ ਜਿਹੜਾ ਆਉਣਾ ਚਾਹੀਦਾ ਸੀ ਆਏ ਨੀ। ਇਹਨਾਂ ਚੋਣਾਂ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਹੋਰੀ ਇੱਕ ਵਾਰੀ ਵੀ ਇੱਥੇ ਜਿਹੜਾ ਜੀ ਉਹ ਨਹੀਂ ਆਏ। ਜਿਹੜੇ ਇੱਥੋਂ ਦੇ MP ਆ ਉਹਨੇ ਜਿਹੜੀ ਆ ਇਹਦੀ ਕਮਾਂਡ ਸੰਭਾਲੀ ਹੋਈ ਆ। ਇਹ ਕਿਹਾ ਜਾ ਰਿਹਾ ਜੀ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਲੁਧਿਆਣਾ ਚੋਣ ਪ੍ਰਚਾਰ ਨਾ ਕਰਨ ਦੇ ਪਿੱਛੇ ਜਿਹੜੇ 3 ਨਗਰ ਨਿਗਮ ਚੋਣਾਂ ਦੇ ਵਿੱਚ ਮੇਅਰ ਚੁਣਨ ਸਮੇਂ ਉਹਨਾਂ ਦੀ ਰਾਏ ਜਿਹੜੀ ਨਹੀਂ ਸੀ ਲਈ ਗਈ, ਇਹ ਇੱਕ ਕਾਰਨ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਇਸ ਨਗਰ ਨਿਗਮ ਦਾ ਸਭ ਤੋਂ ਵੱਡਾ ਨਿਗਮ ਹੈ ਜੀ ਇਹ ਪੰਜਾਬ ਦਾ ਔਰ ਇਹਦੇ ਵਾਰਡਾਂ ਦੀ ਗਿਣਤੀ ਬਾਕੀ ਸ਼ਹਿਰਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਔਰ ਬਜਟ ਪੱਖੋਂ ਵੀ ਨਗਰ ਨਿਗਮ ਲੁਧਿਆਣੇ ਦਾ ਸਾਲਾਨਾ ਬਜਟ 1100 ਤੋਂ ਲੈ ਕੇ 1300 ਕਰੋੜ ਰੁਪਈਏ ਦਾ ਰਹਿੰਦਾ ਔਰ ਸਿਆਸੀ ਪੱਖ ਤੋਂ ਬੜਾ ਇਹ ਅਹਿਮ ਹੈ ਸਾਰੀਆਂ ਪਾਰਟੀਆਂ ਦੇ ਵਾਸਤੇ, ਕਾਂਗਰਸ ਦੇ ਵਾਸਤੇ ਵੀ ਬਿਨਾਂ ਕਿਸੇ ਸ਼ੱਕ ਦੇ। ਔਰ 3600 ਕਰੋੜ ਰੁਪਈਏ ਦਾ ਐਲਾਨ ਤਾਂ ਕੀਤਾ ਗਿਆ ਸੀਗਾ, ਪਰ ਉਹਨਾਂ ਨੇ ਜਿਹੜੀਆਂ ਦੀ ਚੋਣਾਂ ਤੋਂ ਪਹਿਲਾਂ ਲੁਧਿਆਣੇ ਦੇ ਕਈ ਗੇੜੇ ਵੀ ਲਾਏ, ਹੁਣ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਹੈ ਜੀ ਉਹ ਪਰੇਸ਼ਾਨ ਕਾਂਗਰਸੀਆਂ ਨੂੰ ਕਰ ਰਹੀ ਹੈ। ਜੇ ਉਹ ਆਉਂਦੇ, ਕਿਉਂਕਿ ਸਟਾਰ ਪ੍ਰਚਾਰਕ ਨੇ ਬੋਲਦੇ ਚੰਗਾ ਨੇ ਤੇ ਲੋਕਾਂ ਨੂੰ ਪ੍ਰਭਾਵਿਤ ਵੀ ਜਿਹੜਾ ਜੀ ਉਹ ਕਰ ਸਕਦੇ ਨੇ। ਇਹਦਾ ਖਮਿਆਜ਼ਾ ਜਿਹੜਾ ਜੀ ਉਹ ਕਿੰਨਾ ਕੁ ਭੁਗਤਣਾ ਪੈਂਦਾ ਇਹ ਤਾਂ ਕੈਲਕੂਲੇਸ਼ਨ ਜਿਹੜੀ ਬਾਅਦ ਦੇ ਵਿੱਚ ਹੁੰਦੀ ਰਹੂਗੀ। ਹਾਲਾਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨਿਗਮ ਦੀਆਂ ਜਿਹੜੀਆਂ ਚੋਣਾਂ ਨੇ ਚਾਹੇ ਪੰਚਾਇਤੀ ਚੋਣਾਂ ਹੋਣ ਇਹ ਜਿੱਤੀਆਂ ਨਹੀਂ ਜੀ, ਇਹ ਤਾਂ ਲੁੱਟੀਆਂ ਜਾਂਦੀਆਂ ਨੇ ਔਰ ਜਿਹੜੇ ਕਾਬਜ਼ ਹੁੰਦੇ ਨੇ ਸਰਕਾਰਾਂ ਜਿਹੜੀਆਂ ਦੀ
ਉਹਨਾਂ ਦੀਆਂ ਹੀ ਤਕਰੀਬਨ ਇਹ ਹੁੰਦੀਆਂ ਨੇ। ਹਾਂ ਇੰਨਾ ਜ਼ਰੂਰ ਹੈ ਕਿ ਜ਼ੋਰ ਜਿਹੜੇ ਆ ਉਹ ਸਾਰੀ ਸਿਆਸੀ ਪਾਰਟੀਆਂ ਪੂਰਾ ਲਾ ਰਹੀਆਂ ਨੇ। ਜੀ ਜੀ, ਅਗਲੀ ਗੱਲ ਕਰੀਏ, ਸਿਮਰਨਜੀਤ ਸਿੰਘ ਮਾਨ ਨੇ ਜੱਜ ਮਹਿਤਾਬ ਸਿੰਘ ਗਿੱਲ ਦੇ ਕਮਿਸ਼ਨ ਦਾ ਸਹਾਰਾ ਲਿਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇੱਥੇ ਮੁਤਵਾਜ਼ੀ ਜਥੇਦਾਰ ਨੇ ਬਲਜੀਤ ਸਿੰਘ ਦਾਦੂਵਾਲ, ਉਹ ਵੀ ਇਸ ਕਮਿਸ਼ਨ ਦੇ ਕੋਲੇ ਪਹੁੰਚੇ ਸਨ ਔਰ ਉਹਨਾਂ ਦੇ ਉੱਤੇ ਜਿਹੜਾ ਦੇਸ਼ ਧਰੋਹੀ ਦਾ ਮਾਮਲਾ ਦਰਜ ਕੀਤਾ ਗਿਆ ਸੀਗਾ ਜਦੋਂ ਇੱਥੇ ਸਰਬੱਤ ਖਾਲਸਾ ਹੋਇਆ ਸੀਗਾ ਉਸ ਸਮੇਂ ਦੇ ਉੱਤੇ, ਉਹ ਰੱਦ ਕਰ ਦਿੱਤਾ ਸੀਗਾ। ਇਸ ਕਮਿਸ਼ਨ ਨੇ ਰੱਦ ਕਰਨ ਦੀ ਸਿਫਾਰਿਸ਼ ਕੀਤੀ ਸਰਕਾਰ ਨੂੰ, ਕਿਉਂਕਿ ਡਾਇਰੈਕਟ ਤਾਂ ਰੱਦ ਨਹੀਂ ਕਰ ਸਕਦਾ ਇਹ ਕਮਿਸ਼ਨ, ਉਹ ਸਿਫਾਰਿਸ਼ ਕਰਦਾ, ਸਿਫਾਰਿਸ਼ ਉਹਨੇ ਜਿਹੜੀ ਸੀ ਉਹ ਕੀਤੀ। ਜਿਹੜੇ ਅਕਾਲੀ ਦਲ ਹੈ ਜੀ ਉਹ ਇਹਨਾਂ ਕਮਿਸ਼ਨਾਂ ਦੇ ਉੱਤੇ ਆਪਣਾ ਤੋੜਾ ਝਾੜਦਾ ਰਿਹਾ ਜੀ ਲਗਾਤਾਰ, ਔਰ ਇਹ ਕਹਿੰਦਾ ਰਿਹਾ ਕਿ ਇਹ ਕਾਂਗਰਸੀ ਕਮਿਸ਼ਨ ਨੇ, ਇਹਨਾਂ ਤੋਂ ਕੋਈ ਉਹਨਾਂ ਨੂੰ ਜਿਹੜੀ ਆ ਉਹ ਆਸ ਨਹੀਂ ਹੈ ਜੀ। ਔਰ ਸੁਖਬੀਰ ਸਿੰਘ ਬਾਦਲ ਹੋਰੀ ਤਾਂ ਨਿਸ਼ਾਨਾ ਜਿਹੜਾ ਜੀ ਇਹਨਾਂ ਦੋ ਕਮਿਸ਼ਨਾਂ ਨੂੰ, ਚਾਹੇ ਇਹ ਜਸਟਿਸ ਮਹਿਤਾਬ ਸਿੰਘ ਗਿੱਲ ਹੋਰਾਂ ਵਾਲਾ ਕਮਿਸ਼ਨ ਹੈ ਤੇ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਿਹਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੈ, ਇਹਨਾਂ ਦੋਨਾਂ ਨੂੰ ਜਿਹੜਾ ਜੀ ਉਹ ਲੰਮੇ ਹੱਥੀ ਲੈਂਦੇ ਰਹੇ ਨੇ ਔਰ ਉਹ ਰੱਦ ਕਰਦੇ ਨੇ ਮੁੱਢੋ ਸਿੱਧੋ ਕਿ ਸਾਨੂੰ ਜ਼ਰੂਰਤ ਨਹੀਂ ਹੈ। ਜੇ ਗੱਲ ਤੁਰੀ ਹੈ ਤਾਂ ਜਿਹੜਾ ਜਸਟਿਸ ਰਣਜੀਤ ਸਿੰਘ ਉਹਨਾਂ ਦੇ ਕਮਿਸ਼ਨ ਆ ਜੀ ਉਹਨੇ ਵੀ ਆਪਣੀ ਰਿਪੋਰਟ ਜਿਹੜੀ ਆ ਉਹ ਤਿਆਰ ਕਰ ਲਈ ਹੈ, ਇਹ ਛੇਤੀ ਸਰਕਾਰ ਦੇ ਕੋਲੇ ਜਾ ਸਕਦੀ ਹੈ ਜਿਹੜੀ ਕਿ ਅਕਾਲੀ ਦਲ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ ਤੇ ਕੁਛ ਪੁਲਿਸ ਅਫਸਰਾਂ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਉਹ ਵਧਾ ਸਕਦੀ ਹੈ। ਸਿਮਰਜੀਤ ਸਿੰਘ ਮਾਨ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਦੇ ਨੇ ਜੀ ਉਹਨਾਂ ਨੇ ਉਹਨਾਂ ਦੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਪਿਛਲੀ ਸਰਕਾਰ ਦੇ ਵੱਲੋਂ ਦਰਜ ਹੋਏ ਕੇਸਾਂ ਦੀ ਜਿਹੜੇ ਆ ਜੀ ਉਹ ਪਹੁੰਚ ਕੀਤੀ ਹੈ ਜਸਟਿਸ ਮਹਿਤਾਬ ਸਿੰਘ ਗਿੱਲ ਹੋਰਾਂ ਦੇ ਕਮਿਸ਼ਨ ਦੇ ਕੋਲੇ, ਜਿਹੜਾ ਇੱਥੇ ਮੋਹਾਲੀ ਦੇ ਵਿੱਚ ਬਣਿਆ ਉਹਨਾਂ ਦਾ ਦਫ਼ਤਰ ਹੈ ਉਹਨਾਂ ਦੀ ਅਦਾਲਤ ਦੇ ਵਿੱਚ ਉਹ ਪੇਸ਼ ਹੋਏ ਔਰ ਇੱਥੇ ਪੇਸ਼ ਹੋ ਕੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਕਿ ਸਰਬੱਤ ਖਾਲਸਾ ਤੋਂ ਮਗਰੋਂ ਉਹਨਾਂ ਦੇ ਦੋ ਦਰਜਨ ਦੇ ਕਰੀਬ ਸਾਥੀਆਂ ਦੇ ਉੱਤੇ ਦੇਸ਼ ਧਰੋਹ ਦੇ ਝੂਠੇ ਕੇਸ ਜਿਹੜੇ ਆ ਜੀ ਉਹ ਦਰਜ ਕੀਤੇ ਗਏ। ਕਮਿਸ਼ਨ ਨੇ ਆਪਣੇ ਬਿਆਨ ਦਰਜ ਕਰਨ ਦੇ ਵਾਸਤੇ ਉਹਨਾਂ ਨੂੰ ਜਿਹੜਾ ਜੀ ਬੁਲਾਇਆ ਸੀਗਾ ਔਰ ਉੱਥੇ ਉਹ ਬਿਆਨ ਦਰਜ ਕਰਾ ਕੇ ਆਏ ਆ। ਸਿਮਰਨਜੀਤ ਮਾਨ ਹੋਰਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਨੂੰ ਗਿੱਲ ਕਮਿਸ਼ਨ ਦੇ ਉੱਤੇ ਪੂਰਾ ਭਰੋਸਾ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਊਗਾ ਔਰ ਉਹਨਾਂ ਦੇ ਵਿਰੁੱਧ ਜਿਹੜੇ ਦਰਜ ਕੇਸ ਨੇ ਉਹ ਜਿਹੜੇ ਸਰਕਾਰ ਨੂੰ ਸਿਫਾਰਿਸ਼ ਕਰਨਗੇ ਕਿ ਗਲਤ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਉਹ 5 ਕਰੋੜ ਰੁਪਈਏ ਦੀ ਮਾਨਹਾਨੀ ਦਾ ਮਾਮਲਾ ਜਿਹੜਾ ਜੀ ਉਹ ਦਰਜ ਕਰਾਉਣਗੇ। ਇਹ ਤੁਸੀਂ ਕਹਿ ਲਓ ਕਿ ਕਮਿਸ਼ਨ ਦੇ ਉੱਤੇ ਜਿਹੜੀ ਹੈ ਜੀ ਉਹ ਇੱਕ ਸਿਆਸਤ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਕਾਂਗਰਸ ਕਹਿੰਦੀ ਆ ਇਹ ਜਿਹੜੇ ਝੂਠੇ ਮਾਮਲੇ ਦਰਜ ਹੋਏ ਸੀ ਉਹਨਾਂ ਦੀ ਜਾਂਚ ਦੇ ਵਾਸਤੇ ਕਮਿਸ਼ਨ ਕਰਾਇਆ। ਅਕਾਲੀ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਇਹ ਤਾਂ ਕਾਂਗਰਸੀ ਨੇ ਔਰ ਕਾਂਗਰਸੀਆਂ ਨੇ ਆਪਣੇ ਆਪ ਨੂੰ ਜਿਹੜਾ ਜੀ ਵਡਿਆਉਣ ਦੇ ਵਾਸਤੇ ਇਹ ਕਮਿਸ਼ਨ ਬਣਾਏ ਨੇ। ਬਿਨਾਂ ਕਿਸੇ ਸ਼ੱਕ ਦੇ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਇਸ ਕਮਿਸ਼ਨ ਦੇ ਕੋਲੇ ਜਿਹੜਾ ਜੀ ਉਹ ਪਹੁੰਚਣਾ ਇਹ ਇੱਕ ਕਿਸਮ ਦੇ ਨਾਲ ਇੱਕ ਨਵੀਂ ਰੰਗਤ ਜਿਹੜੇ ਜੀ ਉਹ ਇਸ ਕਮਿਸ਼ਨ ਨੂੰ ਦੇ ਗਿਆ। ਜੀ ਜੀ, ਪੰਨੂ ਜੀ, ਜੇ ਅਗਲੀ ਗੱਲ ਕਰੀਏ, ਕਹਿੰਦੇ ਰਜਨੀਕਾਂਤ ਹੋਣਾ ਦੇ ਤਾਂ ਰਾਜਨੀਤੀ ਚ ਛਾਲ ਮਾਰੀ ਸੀ, ਹੁਣ ਕਮਲ ਹਸਨ ਨੇ ਵੀ ਰਾਜਨੀਤੀ ਚੋਂ ਕੁੱਦ ਪਏ ਨੇ। ਉਹਨਾਂ ਨੇ ਨਵੀਂ ਪਾਰਟੀ ਦਾ ਜਿਹੜਾ ਜੀ ਐਲਾਨ ਕੀਤਾ ਜਦੋਂ ਜਿਹੜੇ ਜੀ ਉੱਥੇ ਅਰਵਿੰਦ ਕੇਜਰੀਵਾਲ ਹੋਰੀ ਵੀ ਮੌਜੂਦ ਸਨ ਜੀ, ਜਦੋਂ ਉਹਨਾਂ ਨੇ ਨਵੀਂ ਪਾਰਟੀ ਇਹ ਬਣਾਈ ਆ ਔਰ ਇਹਨੂੰ ਜਿਹੜਾ ਜੀ ਸ਼ਾਰਟ ਫਾਰਮ ਇਹਦਾ MNM ਨਾਮ ਜਿਹੜਾ ਜੀ ਉਹ ਰੱਖਿਆ ਗਿਆ। ਮਕਲ ਨੀਤੀ ਮਯਮ ਇਹਦਾ ਪੂਰਾ ਨਾਮ ਹੈ ਜੀ, ਇਹਦਾ ਮਤਲਬ ਹੈ ਲੋਕ ਨਿਆਂ ਕੇਂਦਰ ਔਰ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਜਿਹੜੇ APJ ਅਬਦੁਲ ਕਲਾਮ ਨੇ ਉਹ ਉਹਨਾਂ ਦੇ ਆਈਡੀਅਲ ਨੇ ਔਰ ਉਹਨਾਂ ਦੇ ਭਰਾ ਤੋਂ ਜਿਹੜੀ ਹੈ ਜੀ ਉਹ ਆਸ਼ੀਰਵਾਦ ਲੈ ਕੇ ਉਹਨਾਂ ਨੇ ਇਸ ਪਾਰਟੀ ਦੀ ਸ਼ੁਰੂਆਤ ਕੀਤੀ ਆ। ਅਜੇ ਵੈਸੇ ਕਲੀਅਰ ਨਹੀਂ ਆ ਕਿ ਉਹ ਸੂਬੇ ਦੀ ਰਾਜਨੀਤੀ ਤੱਕ ਸੀਮਤ ਰਹਿਣਗੇ ਜਾਂ ਸੈਂਟਰ ਵਿਚਲੀ ਰਾਜਨੀਤੀ ਦੇ ਵਿੱਚ ਆਉਂਦੇ ਨੇ। ਅਰਵਿੰਦ ਕੇਜਰੀਵਾਲ ਹੋਰਾਂ ਦਾ ਉੱਥੇ ਆਉਣਾ ਕਿਤੇ ਨਾ ਕਿਤੇ ਇਹ ਇਸ਼ਾਰਾ ਜਿਹੜਾ ਵੀ ਸਮਝਿਆ ਜਾ ਸਕਦਾ ਹੈ ਕਿ 19 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਕੁਛ ਗੱਠਜੋੜ ਜਿਹੜੇ ਆ ਨਵੇਂ ਉਹ ਸਾਹਮਣੇ ਆ ਸਕਦੇ ਆ। ਪੰਨੂ ਜੀ, ਕਿਹੜੇ ਕਿਹੜੇ ਜਿਹੜੇ ਉੱਥੇ ਘਪਲਿਆਂ ਦੇ ਬਾਰੇ ਤੁਹਾਡੇ ਕੋਲ ਅਪਡੇਟ ਲਈਏ, ਰੋਟੋ ਮੈਗ ਦੇ ਜਾਂ PNB ਵਾਲੇ ਦੇ ਵਿੱਚ ਕੁਛ ਅਪਡੇਟ ਆਈ? ਜੀ, ਇਸ ਮਾਮਲੇ ਦੇ ਵਿੱਚ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਨੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਇਹ ਆਖਿਆ ਕਿ ਇਹਦੇ ਲਈ CBI ਜਾਂਚ ਦੀ ਜ਼ਰੂਰਤ ਨਹੀਂ ਹੈ। ਕੇਂਦਰ ਜਿਹੜਾ ਜੀ ਉਹ ਨਹੀਂ ਚਾਹੁੰਦਾ ਕਿ CBI ਦੀ ਜਾਂਚ ਜਿਹੜੀ ਆ ਉਹ ਕਰਵਾਈ ਜਾਵੇ। ਇਹਨਾਂ ਇਹਦੀ ਇਸ ਵੇਲੇ ਚੁਟਕਲਿਆਂ ਦਾ ਦੌਰ ਜਿਹੜਾ ਜੀ ਉਹ ਜ਼ਰੂਰ ਜਾਰੀ ਹੈ ਜੀ ਔਰ ਇਹ ਕਿਹਾ ਜਾਂਦਾ ਜੀ ਕਿ ਇੱਕ ਜਿਵੇਂ ਲੋਕ ਭੇਜਦੇ ਨੇ ਕਿ ਆ ਇੰਨੇ ਜਾਣਿਆਂ ਨੂੰ ਭੇਜ ਦਿਓ ਮੰਤਰ ਤੇ ਕੋਈ ਜਿਹੜਾ ਜੀ ਤੁਹਾਡੇ ਕੋਲੇ ਚੰਗਾ ਹੋਊਗਾ। ਅੱਜ ਕੱਲ੍ਹ ਇੱਕ ਚੁਟਕਲਾ ਚੱਲ ਰਿਹਾ ਜੇ ਕਿਸੇ ਕੋਲੇ ਏਦਾਂ ਦਾ ਕੋਈ ਮੰਤਰ ਹੈ PNB ਤੇ ਰੋਟੋਮੈਕਸ ਦੇ ਬਾਰੇ ਚ ਉਹ ਭੇਜੋ ਜੀ ਅੱਗੇ ਤੋਂ ਅੱਗੇ ਤਾਂ ਕਿ ਉਹ ਪੈਸੇ ਵਾਪਸ ਆ ਜਾਣ। ਜੀ ਜੀ, ਤੇ ਬਹੁਤ ਬਹੁਤ ਤੁਹਾਡਾ ਪੰਨੂ ਜੀ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਸਤਿ ਸ੍ਰੀ ਅਕਾਲ।
ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।